ये ब्लड भी आपको नजर आ रहा है और ये वही शर्ट है सर। उन्हें पूरा ब्रेस्ट मारा, तीनों उंगलों के विचों दी नंगे हड्डियां तीनों टूट गई, तीनों ही जाया हो गई नहीं जी सर। इनके घर पर यानी कि फायरिंग की जाती है और मसलसल 4 घंटे फायर किए जाते हैं। उन्हें साढ़े घर सीधे फायर मारे ने अभी बहा सकते हैं वकूबा जरा घर सारे जो फायर लगे ने। आपकी गाय भी आप बता रहे हो? हमारी गाय को भी लगा इधर खब्बी टांग पर सर। इन्हें साढ़े 2-3 बजे डंगर खोलन पे आवे साढ़े ਤੇ ਸਰ ਉਹ ਅਸੀਂ ਧਿਆਨ ਦਿਓ ਰੱਖ ਸਾਡੀ ਓਪਨ ਹੀ ਵੇਲੀ ਹੈ ਗਲਮੀ ਨੂੰ ਮੇਰੇ ਅੱਬੂ ਨੂੰ ਫੜਿਆ ਹੈ ਉਹਨਾਂ ਮੇਰੇ ਅੱਬੂ ਨੂੰ ਧੱਫੇ ਧੁੱਫੇ ਵਾਹਵਾ ਮਾਰੇ ਨੇ ਸਰ। ਅੱਬੂ ਮੇਰਾ ਚੁੱਪ ਕਰਕੇ ਤੁਰ ਗਿਆ। 15 ਵਾਲੇ ਆਏ ਨੇ ਉਹਨਾਂ ਕੋਈ ਐਕਸ਼ਨ ਨਹੀਂ ਲਿਆ ਉਹ ਤੁਰ ਗਏ ਨੇ। ਨਾਰੰਗ ਮੰਡੀ ਲੱਗਦੀ ਸਰ ਥਾਣਾ ਨਾਰੰਗ ਲੱਗਦਾ ਔਰ ਵਹਾਂ ਪਰ ਖੜੇ ਹੋ ਕਰ ਇਨਕੋ ਧਮਕੀਆਂ ਲਗਾਈ ਜਾ ਰਹੀਆਂ ਜਾਨ ਸੇ ਮਾਰਨੇ ਕੀ ਧਮਕੀਆਂ ਲਗਾਈ ਜਾ ਰਹੀਆਂ। ਉਹਨਾਂ ਨੇ ਕਿਹਾ ਕਿ ਵੈਸਾ ਚੋ ਸਾਹਿਬ ਆਪਕੋ ਬੁਲਾ ਰਹੇ ਹੈ ਉਧਰ। ਅੱਛਾ ਅਸੀਂ ਉਧਰ ਗਏ ਹਾਂ ਸਰ। ਉਹਨਾਂ ਸਾਡੀ ਮੋਟਰਸਾਈਕਲ ਵੀ ਖੋਲੀ ਹੈ ਸਾਡੇ ਮੋਬਾਈਲ ਵੀ ਖੋਲੇ ਸਾਨੂੰ 5-6 ਘੰਟੇ ਉੱਥੇ ਅੰਦਰ ਤਾੜ ਲਿਆ ਨੇ। ਅਸੀਂ 17 ਤਰੀਕ ਦਾ ਫੈਰ ਲੱਗਾ ਬੜੇ ਤਰਲੇ ਕਰਨੇ ਆ ਵਜ਼ੀਰ ਆਲਾ ਸੇ ਦਰਖਾਸਤ ਹੈ ਵੀ ਸਾਡਾ ਫੈਸਲਾ ਹੋਣਾ ਚਾਹੀਦਾ। ਉਹ ਨਾ ਪਰੇਸ਼ਾਨ ਨਾ ਹੋ ਕਿਉਂ ਰੋ ਰਹੇ ਹੋ ਕਿਉਂ ਦਿਲ ਕੋ ਛੋਟਾ ਕਰ ਰਹੇ ਹੋ? ਇਨਸਾਫ ਮਿਲੇਗਾ ਇਨਸ਼ਾਅੱਲਾ। ਇਨਸ਼ਾਅੱਲਾ ਕੋਈ ਵੀ ਨਹੀਂ ਕਰਦਾ, ਅਸੀਂ ਬੜੇ ਮਜਬੂਰ ਹੋ ਗਏ ਹਾਂ, ਗਰੀਬ ਆਦਮੀ ਆ ਉਹ ਤਗੜੇ ਬਦਮਾਸ਼ ਬੰਦੇ ਨੇ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹੂੰ ਆਪਕੇ ਸਾਥ ਆਪਕਾ ਮੇਜ਼ਬਾਨ ਨਈਮ ਭੱਟੀ ਔਰ ਆਪ ਦੇਖ ਰਹੇ ਹੈਂ ਦੇਖੋ ਟੀਵੀ। ਨਾਜ਼ਰੀਨ ਮੇਰੇ ਸਾਥ ਆਪ ਜਿਸ ਨੌਜਵਾਨ ਕੋ ਦੇਖ ਰਹੇ ਹੈਂ ਇਸ ਪਰ ਬਾ ਅਸਰ ਅਫਰਾਦ ਕੀ ਜਾਨਬ ਸੇ ਬੁਰੇ ਤਰੀਕੇ ਸੇ ਤਸ਼ੱਦਦ ਕੀਆ ਜਾਤਾ ਹੈ, ਯਾਨੀ ਕਿ ਤਸ਼ੱਦਦ ਹੀ ਨਹੀਂ ਬਲਕਿ ਇਸ ਬਾਈ ਕੋ ਜੋ ਹੈ ਫਾਇਰ ਮਾਰੇ ਜਾਤੇ ਹੈ, ਡਾਇਰੈਕਟ ਸਿੱਧੇ ਫਾਇਰ ਮਾਰੇ ਜਾਤੇ ਹੈ ਔਰ ਫਾਇਰ ਲੱਗਣੇ ਕੀ ਵਜ੍ਹਾ ਸੇ ਇਸ ਬਾਈ ਕੀ ਇਹ 3 ਉਂਗਲੀਆਂ ਜੋ ਹੈ ਇਹ ਜ਼ਾਇਆ ਹੋ ਚੁੱਕੀ ਹੋਈ ਹੈ। ਮਿਹਨਤ ਕਸ਼ ਹੈ ਲੇਕਿਨ ਸਭ ਸੇ ਅਫਸੋਸ ਵਾਲੀ ਬਾਤ ਇਹ ਹੈ ਕਿ ਅਬ ਤੱਕ ਜੋ ਹੈ FIR ਦਰਜ ਨਹੀਂ ਹੋ ਸਕੀ। 17 ਤਰੀਕ ਕੋ ਇਸ ਬਾਈ ਕੋ ਫਾਇਰ ਲਗੇ ਹੈ ਔਰ ਰਾਤ ਕੋ ਫਿਰ ਦੁਬਾਰਾ ਉਨ ਬਾ ਅਸਰ ਅਫਰਾਦ ਕੀ ਜਾਨਬ ਸੇ ਇਨਕੇ ਘਰ ਪਰ ਯਾਨੀ ਕਿ ਫਾਇਰਿੰਗ ਕੀ ਜਾਤੀ ਹੈ ਔਰ ਮਸਲਸਲ 4 ਘੰਟੇ ਫਾਇਰ ਕੀਏ ਜਾਤੇ ਹੈ। ਲੇਕਿਨ ਅਬ ਤੱਕ ਜੋ ਹੈ ਨਾਰੰਗ ਮੰਡੀ ਕੀ ਜੋ ਪੁਲਿਸ ਹੈ ਯਕੀਨ ਕਰੇ ਉਨਕੀ ਜਾਨਬ ਸੇ ਅਬ ਤੱਕ FIR ਦਰਜ ਨਹੀਂ ਕੀ ਗਈ। ਸਾਰੀ ਕਹਾਣੀ ਇਸ ਬਾਈ ਕੀ ਜ਼ਬਾਨੀ ਜਾਣਤਾ ਹੂੰ ਕਿ ਆਖਿਰਕਾਰ ਵੋ ਕੌਨ ਲੋਗ ਹੈ ਇਤਨੇ ਬਾਅਸਰ ਲੋਗ ਹੈ ਕਿ ਅਬ ਤੱਕ FIR ਦਰਜ ਨਹੀਂ ਹੋ ਸਕੀ ਔਰ ਕਿਉਂ ਇਹ ਮਾਮਲਾ ਪੇਸ਼ ਆਇਆ ਕਿ ਆਪ ਕੋ ਸਿੱਧੇ ਫਾਇਰ ਮਾਰੇ ਹੈ ਉਹਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ, ਕੀ ਨਾਮ ਹੈ? ਅਮਾ ਸਜਾਵਲ। ਸਜਾਵਲ ਜੀ, ਕੀ ਮਾਮਲਾ ਹੈ? ਹੱਥ ਵੀ ਆਪਕੇ ਜ਼ਖਮੀ ਹੋ ਗਏ ਹੈ ਔਰ ਇਹ 3 ਗੋਲੀਆਂ ਲੱਗੀ ਹੈ ਆਪਕੋ, 3 ਉਂਗਲੀਆਂ ਵੀ ਆਪਕੀ ਜ਼ਾਇਆ ਹੋ ਗਈ ਹੈ, ਕੌਣ ਲੋਗ ਹੈ ਇਹ? ਜੀ ਸਰ, ਇਹ ਇੱਥੋਂ ਜਿਹਦਾ ਨਾਮ ਜ਼ੁਲਫਕਾਰ ਹੈ, ਇਹ ਇੱਥੇ ਪਹਿਲਾਂ ਰਹਿੰਦਾ ਸੀ, ਪਹਿਲਾਂ ਵੀ ਲੋਕਾਂ ਨੇ ਬਦਮਾਸ਼ੀ ਬਦਮਾਸ਼ੀ ਕਰਦਾ ਸੀ, ਠੀਕ ਹੈ, ਤੇ ਸਰ ਹੁਣ ਇੱਥੋਂ ਤੁਰ ਗਿਆ ਹੈ, ਕੰਮ ਹੋ ਗਈ। ਅੱਛਾ, ਕੰਮ ਹੋ ਗਈ ਹੁੰਦਾ ਹੈ ਇੱਥੋਂ, ਇਹਦੇ ਚਾਚੇ ਨੇ ਸੱਦਿਆ ਪਿੰਡ ਦੇ, ਇਹਦਾ ਕੰਮ ਹੋ ਗਿਆ, ਡਿੰਗਾ ਪਿੰਡ ਇਹਦਾ, ਇਹ ਤੁਹਾਡਾ ਵੀ ਡਿੰਗਾ? ਜੀ ਸਰ, ਸਾਡਾ ਵੀ ਡਿੰਗਾ। ਸਰ ਇੱਥੋਂ ਤੁਰ ਗਿਆ ਤਕਰੀਬਨ 4-5 ਸਾਲ ਹੋ ਚੱਲੇ ਨੇ, ਇੱਥੇ ਇਹਨੂੰ ਚਾਚੇ ਇਹਦੇ ਨੇ ਸੱਦਿਆ ਵੇ ਕਿ ਪਿੰਡ ਦੇ ਉੱਤੇ ਬਦਮਾਸ਼ ਬਦਮਾਸ਼ੀ ਕਰ। ਸਰ ਇਹਨਾਂ ਸਾਡੇ 2-3 ਵਾਰੀ ਡੰਗਰ ਖੋਲਣ ਪਿਆ ਵੇ ਸਾਡੇ, ਅਤੇ ਸਰ ਉਹ ਅਸੀਂ ਧਿਆਨ ਦਿਓ ਰੱਖ ਸਾਡੀ ਓਪਨ ਹੀ ਵੇਲੀ ਹੈ, ਉਹ ਅਸੀਂ 2-3 ਵਾਰੀ ਇਹਨੂੰ ਵੇਖ ਲਿਆ ਵੀ ਸਰ ਇਹ ਸਾਡੇ ਮਗਰ ਉਦਨ ਦਾ ਪਿਆ ਵੇ, ਅਤੇ ਉਹ ਮੇਰਾ ਭਾਈ ਉਦਨ ਜਾਣ ਦਿਆ ਸੀ, ਉਹਨੇ ਮੇਰੇ ਭਾਈ ਨੂੰ ਗਾਲਾਂ ਗੁਲਾਂ ਕੱਢੀਆਂ ਨੇ, ਗਾਲਾਂ ਵਾਹਵਾ ਕੱਢੀਆਂ ਨੇ। ਉਹ ਸਰ ਉਹ ਗਿਆ ਵੀ ਉਹਨੇ ਆਪਣੇ ਅੱਬੂ ਨੂੰ ਦੱਸਿਆ ਵੇ, ਅੱਬੂ ਮੇਰਾ ਆਇਆ ਵੀ ਸਰ, ਅਤੇ ਉਹਨੂੰ ਜਾ ਕੇ ਉਹਨੇ ਆਖਿਆ ਇਹਨਾਂ ਨੂੰ ਦੱਸਿਆ ਨਹੀਂ ਮੈਂ ਕੌਣ, ਮੈਂ ਬਦਮਾਸ਼ ਹਾਂ ਇੱਥੋਂ ਦਾ, ਅਤੇ ਮੈਂ ਇੱਥੇ ਕਿਸੇ ਨੂੰ ਇੰਝ ਮੇਰੇ ਲਾਗੂ ਲੰਘਣਾ ਅਤੇ ਨਜ਼ਰਾਂ ਨੀਵੀਆਂ ਕਰਕੇ ਲੰਘਣਾ ਵੇ, ਮੈਂ ਇੱਥੇ ਕਿਸੇ ਨੂੰ ਵੇਖਣ ਨਹੀਂ ਦੇਣਾ ਆਪਣੀ ਨਜ਼ਰ, ਮੈਂ ਬਦਮਾਸ਼ ਹਾਂ, ਮੈਨੂੰ ਸਾਰੇ ਪਿੰਡ ਮੈਨੂੰ ਆਉਂਦਾ ਬਦਮਾਸ਼। ਸਰ ਉਹ ਮੇਰੇ ਅੱਬੂ ਨੂੰ ਉਹਨਾਂ ਫੜ ਕੇ ਗਲਮੀ ਨੂੰ ਮੇਰੇ ਅੱਬੂ ਨੂੰ ਫੜਿਆ ਹੈ, ਉਹਨਾਂ ਮੇਰੇ ਅੱਬੂ ਨੂੰ ਧੱਫੇ ਧੁੱਫੇ ਵਾਹਵਾ ਮਾਰੇ ਨੇ ਸਰ, ਅੱਬੂ ਮੇਰਾ ਚੁੱਪ ਕਰਕੇ ਤੁਰ ਗਿਆ, ਘਰ ਗਿਆ ਵੇ, ਅਤੇ ਉਹਨੇ ਦੱਸਿਆ ਮੇਰਾ ਭਾਈ ਆਇਆ ਹਵੇਲੀ ਸੌਣ ਲਈ, ਹਵੇਲੀ ਸਾਡੀ ਬਾਰ ਬਾਰ ਹੈ, ਉੱਥੇ ਸੌਣ ਆਇਆ ਸਰ, ਉਹਨਾਂ ਫੜ ਲਿਆ, ਉਹਨਾਂ ਵੇਖ ਕੇ ਗੱਲੇ ਨੂੰ, ਉਹਨਾਂ ਫੜ ਕੇ ਮੇਰੇ ਭਾਈ ਨੂੰ ਕੁੱਟਿਆ ਸਰ, ਮੈਂ ਪਿੱਛੋਂ ਆਉਂਦਿਆ ਸਾਂ, ਮੈਂ ਭੱਜ ਕੇ ਆਇਆ ਵਾਂ ਸਰ, ਉਹਨਾਂ ਮੈਨੂੰ ਪਿਸਤੌਲ ਕੱਢਿਆ ਜਿਹੜਾ ਦੁਕਾਨਦਾਰ ਲੰਬਾੜੇ, ਉਹਨੇ ਪਿਸਤੌਲ ਦਿੱਤਾ, ਉਹਨੂੰ ਬੁਲਟ ਮਾਰ ਕੇ
ਸਰ ਮੈਂ ਆਪਣੀ ਅੱਖਾਂ ਨੂੰ ਦੇਖਣ ਨਹੀਂ, ਉਹਨੇ ਲਿਆ ਕੇ ਮੇਰੇ ਸਿਰ 'ਤੇ ਰੱਖਿਆ, ਮੈਂ ਛਡਾਉਣ ਲੱਗਾ ਵਾਂ, ਮੈਂ ਸਿਰ ਤੋਂ ਫੜ ਕੇ ਮੇਰੇ ਇਹ ਸਾਥੀ ਪਹਿਲਾਂ ਦੀ ਉਂਗਲ ਟੁੱਟੀ ਗਈ ਸਰ, ਉਹਨੇ ਪੂਰਾ ਬ੍ਰੈਸਟ ਮਾਰਿਆ, ਤਿੰਨਾਂ ਉਂਗਲਾਂ ਦੇ ਵਿੱਚ ਹੁੰਦੀ ਨੰਗ, ਹੱਡੀਆਂ ਤਿੰਨੇ ਟੁੱਟੀਆਂ, ਤਿੰਨੇ ਹੀ ਜ਼ਾਇਆ ਹੋ ਗਈਆਂ ਨਹੀਂ ਜੀ ਸਰ। ਸਰ ਉਸ ਤੋਂ ਬਾਅਦ ਅਸੀਂ 1-5 ਤੱਕ ਕਾਲ ਕੀਤੀ ਹੈ, 1-5 ਵਾਲੇ ਆਏ ਨੇ, ਉਹਨਾਂ ਕੋਈ ਐਕਸ਼ਨ ਨਹੀਂ ਲਿਆ, ਉਹ ਤੁਰ ਗਏ ਨੇ। ਥਾਣਾ ਨਾਰੰਗ ਮੰਡੀ ਲੱਗਦੀ ਸਰ, ਥਾਣਾ ਨਾਰੰਗ ਲੱਗਦਾ ਉਹ ਸਰ। ਅਸੀਂ ਸੁਬਾਹ ਫਿਰ ਗਏ ਉਹਨਾਂ ਥਾਣੇ, ਐਸ ਐਚ ਓ ਸਾਹਿਬ ਸੱਦਿਆ, ਅਸੀਂ ਗਏ ਹਾਂ, ਅਸੀਂ ਦਰਖਾਸਤ ਲਾਈ ਹੈ ਅਤੇ ਉਹਨਾਂ ਸਰ ਕੋਈ ਐਕਸ਼ਨ ਨਹੀਂ ਲਿਆ, ਈ ਟੈਗ ਵੀ ਨਹੀਂ ਲੱਗਾ। ਉਸ ਤੋਂ ਬਾਅਦ ਸਰ ਅਸੀਂ ਇਹਨਾਂ ਓਪਰੇਸ਼ਨ ਨੋਟ ਸਾਨੂੰ ਆਖਿਆ ਲੈ ਇਹ ਰੈਫਰ ਕੀਤਾ ਸਾਨੂੰ ਇੱਥੇ ਮਰੀਦਕੇ, ਮਰੀਦਕੇ ਨੇ ਰੈਫਰ ਕੀਤਾ ਲਾਹੌਰ ਮਿਊਂਜ, ਉਹਨਾਂ ਸਾਡੇ ਉੱਦਾਂ ਦੇ ਜਿਹੜੇ ਨੇ ਐਕਸਰੇ ਵਗੈਰਾ ਕੋਈ ਸ਼ੈ ਨਹੀਂ ਉਹ ਦੇਣ ਦੇ ਸਾਡੇ ਕਾਗਜ਼ ਉਹਨਾਂ ਨੇ। ਇਹ ਦੇਖ ਰਿਹਾ ਮੈਂ ਬਲੱਡ ਵੀ ਲੱਗਾ ਹੋਇਆ, ਬਲੱਡ ਕਿਦੋਂ ਦਾ ਲੱਗਾ ਸਰ? ਜਿੱਦਣ ਫਾਇਰ ਲੱਗਿਆ ਉਦੋਂ ਦਾ ਲੱਗਾ। ਨਾਜ਼ਰੀਨ ਯੇ ਆਪ ਦੇਖ ਵੀ ਸਕਤੇ ਹੈ ਕਿ ਇਸ ਭਾਈ ਕੇ ਜੋ ਹੈ ਯੇ ਬਲੱਡ ਵੀ ਆਪਕੋ ਨਜ਼ਰ ਆ ਰਹਾ ਹੈ, ਔਰ ਯੇ ਵਹੀ ਸ਼ਰਟ ਹੈ, ਯੇ ਗਰੀਬ ਬਾਪ ਕਾ ਬੇਟਾ ਹੈ, ਯੇ ਮਿਹਨਤ ਕਸ਼ ਹੈ ਜੋ ਕਿ ਆਪਣੀ ਆਪਣਾ ਔਰ ਆਪਣੇ ਮਾਂ ਬਾਪ ਕਾ ਪੇਟ ਪਾਲਨੇ ਕੇ ਲੀਏ ਜੋ ਹੈ ਮਿਹਨਤ ਮੁਸ਼ਕਤ ਕਰਤੇ ਹੈ, ਖੇਤੀਬਾੜੀ ਕਰਤੇ ਹੈ, ਲੇਕਿਨ ਗਰੀਬ ਲੋਕ ਹੈ ਔਰ ਵੋ ਇਤਨੇ ਬਾਸਰ ਲੋਕ ਹੈ। ਯਕੀਨ ਕਰੇ ਨਾਜ਼ਰੀਨ ਕਿ ਇਸ ਵਕਤ ਇਸ ਭਾਈ ਕੋ ਹਮ ਜੋ ਹੈ ਗਾਓਂ ਸੇ ਜੋ ਹੈ ਥੋੜ੍ਹਾ ਸਾ ਵਿਰਾਨੇ ਮੇਂ ਲੈ ਕੇ ਆਏ ਔਰ ਯਹਾਂ ਪਰ ਇਨਸੇ ਬਾਤ ਕਰ ਰਹੇ ਹੈਂ, ਉਸਕੀ ਵਜ੍ਹਾ ਯੇ ਹੈ ਕਿ ਵੋ ਇਤਨੇ ਬਾਸਰ ਲੋਕ ਹੈ ਕਿ ਅਭੀ ਵੀ ਉਨਕੇ ਪਾਸ ਨਜਾਇਜ਼ ਅਸਲਾ ਮੌਜੂਦ ਹੈ, ਯਾਨੀ ਕਿ ਉਹ 10-15 ਲੋਕ ਜੋ ਹੈ ਛੱਤੋਂ ਪਰ ਸਵਾਰ ਹੈ ਔਰ ਵਹਾਂ ਪਰ ਖੜ੍ਹੇ ਹੋ ਕਰ ਇਨਕੋ ਧਮਕੀਆਂ ਲਗਾਈ ਜਾ ਰਹੀਆਂ, ਜਾਨ ਸੇ ਮਾਰਨੇ ਕੀ ਧਮਕੀਆਂ ਲਗਾਈ ਜਾ ਰਹੀ ਹੈਂ, ਲੇਕਿਨ ਅਬ ਤੱਕ ਜੋ ਨਾਰੰਗ ਮੰਡੀ ਕੀ ਪੁਲਿਸ ਹੈ, ਯਕੀਨ ਕਰੇ ਉਨਕੋ ਸ਼ਰਮ ਆਨੀ ਚਾਹੀਏ। ਆਪਕਾ ਕਾਮ ਇਹ ਹੈ ਕਿ ਕਿਸੀ ਮਜ਼ਲੂਮ ਕੇ ਸਾਥ ਅਗਰ ਜ਼ਿਆਦਤੀ ਹੋਤੀ ਹੈ, ਕੋਈ ਬਾ ਅਸਰ ਸ਼ਖਸ ਜੋ ਹੈ ਉਸਕਾ ਜ਼ਿਆਦਤੀ ਕਰਤਾ ਹੈ, ਤੋ ਆਪਕਾ ਕਾਮ ਬਣਤਾ ਹੈ ਉਨਕੋ ਇਨਸਾਫ ਦਿਲਾਨਾ, ਲੇਕਿਨ ਹਮਾਰੇ ਮੁਲਕ ਕੇ ਅੰਦਰ ਜੋ ਹੈ ਉਲਟੀ ਗੰਗਾ ਬਹਿਤੀ ਹੈ, ਪੁਲਿਸ ਵਾਲੇ ਖੁਦ ਹੀ ਐਸੇ ਲੋਕੋਂ ਕੀ ਪੁਸ਼ਤ ਪਨਾਹੀ ਕਰਤੇ ਹੈ, ਲੇਕਿਨ ਗਰੀਬ ਜੋ ਹੈ ਵੋ ਦਰ ਬਦਰ ਧੱਕੇ ਖਾਨੇ ਪਰ ਮਜਬੂਰ ਹੈ। ਅਬ ਕਿਆ ਮੁਤਾਲਬਾ ਕਰਨਾ ਚਾਹਤੇ ਹੋ? ਡੀ ਪੀ ਓ ਸਾਹਿਬ ਆਪਕੋ ਦੇਖ ਰਹੇ ਹੈ, ਆਈ ਜੀ ਪੰਜਾਬ ਸਾਹਿਬ ਆਪਕੋ ਦੇਖ ਰਹੇ ਹੈ, ਕਿਆ ਕਹਿਣਾ ਚਾਹੋਗੇ? ਆਪਕੀ ਜਾਨ ਕੋ ਵੀ ਖਤਰਾ ਹੈ ਔਰ ਆਪ ਗਾਓਂ ਮੇਂ ਵੀ ਨਹੀਂ ਜਾ ਸਕਤੇ। ਸਰ ਅਸੀਂ ਅੱਜ ਫਿਰ ਸੁੱਤੇ ਸਾਂ, ਸਾਰੇ ਜੀ ਘਰਾਂ 'ਚ ਸੁੱਤੇ ਆ, ਉਹ ਸੁਬਾਹ ਫਿਰ ਆਏ ਨੇ, 7-8 ਜਣੇ, 7-8 ਜਣੇ ਕੋਲ ਰਫਲਾਂ ਸਨ, ਉਹਨਾਂ ਸਾਡੇ ਘਰਾਂ ਨੂੰ ਸਿੱਧੇ ਫਾਇਰ ਮਾਰੇ ਨੇ, ਅਸੀਂ ਇਹ ਵਹਾ ਸਕਦੇ ਹਾਂ ਵਕੂਬਾ ਜਿਹੜਾ ਘਰਾਂ ਦੇ ਵਿੱਚ ਸਾਰੇ ਜਿਹੜੇ ਫਾਇਰ ਲੱਗੇ ਨੇ। ਆਪਕੀ ਗਾਏ ਵੀ ਆਪ ਸਰ? ਉਹ ਹਮਾਰੀ ਗਾਏ ਕੋ ਵੀ ਲਗਾਇਆ ਇੱਧਰ ਖੱਬੀ ਟਾਂਗ ਪਰ, ਬਹੁਤ ਟੁੱਟ ਗਈ ਉਹਦੀ, ਉਹ ਡੈਥ ਹੋ ਗਈ, ਡੈਥ ਹੋ ਗਈ ਉਹ ਸਰ, ਉਹ ਟੁੱਟ ਗਈ, ਉਹ ਲੰਮੇ ਪਈ ਉਦਨ ਦੀ, ਉਹ ਸੁਬਾਹ ਦੀ ਉਹ ਲੇਟ ਰਹੀ, ਉਹ ਸਮਝੋ ਖਤਮ ਹੋ ਰਹੀ ਹੈ। ਸਰ ਮੈਨੂੰ ਵੀ ਫਾਇਰ ਲੱਗਿਆ ਉਦੋਂ ਦਾ, ਕੋਈ ਐਕਸ਼ਨ ਨਹੀਂ ਲਿਆ ਗਿਆ, ਅਸੀਂ ਫਿਰ ਦਰਖਾਸਤ ਲਾਈਏ, ਮੈਂ ਥਾਣੇ ਗਿਆ, ਮੈਂ FIR ਦੇਣ, ਉਹਨਾਂ ਆਖਿਆ ਐਸ ਐਚ ਓ ਤੁਹਾਨੂੰ ਸੱਦਣ ਦੇਣ, ਅਸੀਂ ਥਾਣੇ ਗਏ ਹਾਂ ਸਰ, ਉਹਨਾਂ ਸਾਡੇ ਪਹਿਲਾਂ ਨੰਬਰ 'ਤੇ FIR ਉਹਨਾਂ ਫੜੀ ਹੈ, ਉਹਨਾਂ ਆਖਿਆ SHO ਸਾਹਿਬ ਆਉਣਗੇ ਅਤੇ ਤੁਹਾਡੀ ਈ ਟੈਗ ਲੱਗੇਗਾ, ਅਸੀਂ ਆਖਿਆ ਠੀਕ ਹੈ, ਅਸੀਂ ਚੱਲੇ ਹਾਂ, ਉਹਨਾਂ ਸਾਡੇ ਕੋਲ ਮੋਟਰਸਾਈਕਲ ਫੜਿਆ। ਫਾਇਰਿੰਗ ਕਿੰਨੀ ਦੇਰ ਹੋਤੀ ਰਹੀ ਸਰ? ਸੁਬਾਹ 4 ਵਜੇ ਹੋਈ ਹੈ ਅਤੇ 5:30 ਤੱਕ ਹੋਈ ਹੈ, 1-5 ਤੱਕ ਕਾਲ ਕੀਤੀ, 2 ਘੰਟੇ ਮੁਸਲਸਲ ਫਾਇਰਿੰਗ ਹੋਈ ਸਰ। ਪੁਲਿਸ ਵਾਲੇ ਪਿੱਛੇ ਗਏ ਹਾਂ, ਉਹਨਾਂ ਨੇ ਫਿਰ ਦੁਬਾਰਾ ਫਾਇਰਿੰਗ ਸ਼ੁਰੂ ਕਰ ਦਿੱਤੀ, ਫਿਰ ਸ਼ੁਰੂ ਕਰ ਜੀ। ਅਭੀ ਵੀ ਉਹ ਕੀ ਕਹਿਣਾ ਚਾਹਤੇ ਹੋ ਯਾਰ? DPO ਸਾਹਿਬ ਦੇਖ ਰਹੇ ਹੈ, ਕਿਆ ਉਹਨੇ ਕਹਿਣਾ ਚਾਹਤੇ ਹੋ? IG ਪੰਜਾਬ ਸਾਹਿਬ, DPO ਸਾਹਿਬ ਕੀ ਕਹਿਣਾ ਚਾਹੁੰਦੇ? ਸਰ ਅਸੀਂ ਦੇ ਜਾਂਦੇ ਹਾਂ, ਸਾਡਾ ਇਨਸਾਫ ਹੋਣਾ ਚਾਹੀਦਾ ਸਰ। ਸਾਨੂੰ ਉਹ ਘਰ ਆਣ ਕੇ ਹੁਣ ਵੀ ਧਮਕੀਆਂ ਲਾ ਗਏ ਨੇ, ਉਹ ਇੱਥੋਂ ਦਾ ਹੈ ਵੀ ਨਹੀਂ, ਉਹ ਬਦਮਾਸ਼ੀ ਕਰ ਰਿਹਾ ਅਤੇ ਉਹਦਾ ਚਾਚਾ ਕਰਵਾ ਰਿਹਾ, ਇਫਤਖਾਰ ਉਹਦਾ ਨਾਂ ਹੈ, ਉਹਨੇ ਉਹਨੂੰ ਸੱਦਿਆ ਹੋਵੇ ਸਰ, ਅਤੇ ਸਾਡੇ ਵਾਸਤੇ ਸਾਰਾ ਇਨਸਾਫ ਹੋਣਾ ਚਾਹੀਦਾ ਸਾਡਾ। ਅਸੀਂ ਜਿਹੜਾ ਵੀ ਜਾਂਦੇ ਹਾਂ, ਸਾਨੂੰ ਉਹਨਾਂ ਮੋਟਰਸਾਈਕਲ ਵੀ, ਸਾਡੇ ਮੋਬਾਇਲ ਵੀ ਥਾਣੇ ਪਏ ਨੇ, ਸੁਬਾਹ ਅਸੀਂ ਗਏ ਹਾਂ FIR ਲਾਉਣ, ਮੋਬਾਇਲ ਵੀ ਉਹਨਾਂ ਖੋ ਕੇ ਰੱਖੇ ਨੇ, ਮੋਟਰਸਾਈਕਲ ਸਾਡੇ ਵੀ ਉੱਥੇ ਖੋਈ। ਕਿਉਂ ਆਪ ਤੋਂ ਮੁਦਈ ਥੇ, ਆਪਕੇ ਉੱਪਰ ਤੋਂ ਜ਼ੁਲਮ ਹੋਇਆ ਤੋ ਆਪਕੀ ਮੋਟਰਸਾਈਕਲ ਸਰ? ਇੱਧਰ ਜੋ ਆਏ ਥੇ ਸੁਬਾਹ 1-5 ਕਾਲ ਵੀ ਕੀ ਥੀ, ਉਹਨੂੰ ਹੁਣ ਕਿਹਾ ਕਿ SHO ਸਾਹਿਬ ਆਪਕੋ ਬੁਲਾ ਰਹੇ ਹਾਂ ਉੱਧਰ, ਅਸੀਂ ਉੱਧਰ ਗਏ ਹਾਂ ਸਰ, ਉਹਨਾਂ ਸਾਡੀ ਮੋਟਰਸਾਈਕਲ ਵੀ ਖੋਲੀ ਹੈ, ਸਾਡੇ ਮੋਬਾਇਲ ਵੀ ਖੋਲੇ, ਸਾਨੂੰ 5-6 ਘੰਟੇ ਉੱਥੇ ਅੰਦਰ ਤਾੜਿਆ ਨੇ,
ਸਰ ਅਸੀਂ ਫੋਨ ਕਰਵਾਇਆ ਚਾਚੂ ਦਾ, ਉਹਨਾਂ ਪਿੱਛੋਂ ਕਿਸੇ ਨੂੰ ਫੋਨ ਕਰ ਕਰਕੇ ਸਾਨੂੰ ਛੱਡਿਆ, ਤੁਹਾਨੂੰ ਗਾਲਾਂ ਵੀ ਕੱਢੀਆਂ ਨੇ ਪੁਲਿਸ ਵਾਲਿਆਂ ਅਤੇ ਭਜਾਤਾ ਨੇ, ਅਸੀਂ ਉੱਥੇ ਤੁਰਦੇ ਆਏ ਹਾਂ ਸਰ। ਨਾ ਜੀ, ਕੁਛ ਗਾਓ ਕੇ ਮੁਕਾਮੀ ਲੋਕ ਵੀ ਹੈ, ਉਨਸੇ ਬਾਤ ਕਰਤੇ ਔਰ ਉਨਸੇ ਪੁੱਛਤੇ ਹੈ ਕਿ ਯੇ ਲੋਕ ਕੌਣ ਹੈ ਕਿ ਜੋ ਇਤਨੀ ਬਦਮਾਸ਼ੀ ਕਰ ਰਹੇ ਹੈ ਔਰ ਯਹਾਂ ਪਰ ਇਤਨੇ ਬਾਸਰ ਲੋਕ ਹੈ ਜੋ ਕਿ ਗਰੀਬੋਂ ਪਰ ਇਤਨਾ ਬੁਰੇ ਤਰੀਕੇ ਸੇ ਤਸ਼ੱਦਦ ਕਰ ਰਹੇ ਹੈ, ਤੋ ਯੇ ਜੋ ਗਾਓ ਕੇ ਲੋਕ ਹੈ ਯੇ ਵੀ ਹਮਾਰੇ ਸਾਥ ਮੌਜੂਦ ਹੈ, ਉਨਸੇ ਬਾਤ ਕਰਤੇ ਹੈਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ? ਖੈਰ ਜੀ, ਠੀਕ। ਨਾਮ ਹੈ? ਅਹਿਮਦ ਜੀ, ਮੁਹੰਮਦ ਅਹਿਮਦ। ਇਹ ਕੌਣ ਲੋਕ ਨੇ ਐਡੇ ਬੁਰੇ ਤਰੀਕੇ ਨਾਲ ਬੱਚੇ ਨੂੰ ਫਾਇਰ ਵੀ ਮਾਰਦੇ, ਉਂਗਲਾਂ ਵੀ ਜ਼ਾਇਆ ਕਰਦੇ? ਇਹ ਭਾਅ ਜੀ, ਗੱਲ ਇਹ ਆ ਵੀ ਅਸੀਂ ਗਏ ਹਾਂ ਇੱਥੇ ਥਾਣੇ ਨਾਰੰਗ, ਐਸ ਐਚ ਨੇ ਆਖਿਆ ਜੀ ਅੱਛਾ ਕੁਛ ਕਰਨੇ ਆ, ਦੋ ਤਿੰਨ ਦਿਨ ਹੋ ਗਏ ਨੇ ਨਹੀਂ ਮੰਨਦਾ। ਅਸੀਂ 17 ਤਰੀਕ ਦਾ ਫੈਰ ਲੱਗਾ, ਬੜੇ ਤਰਲੇ ਕਰਨੇ ਆ ਵਜ਼ੀਰ ਆਲਾ ਸੇ, ਦਰਖਾਸਤ ਹੈ ਵੀ ਸਾਡਾ ਫੈਸਲਾ ਹੋਣਾ ਚਾਹੀਦਾ, ਕੋਈ ਫੈਸਲਾ ਨਹੀਂ ਕਰਦੇ, ਅਸੀਂ ਬੜੇ ਮਜਬੂਰ ਹਾਂ। ਮੈਂ ਇਸ ਕਾ ਤਾਇਆ। ਹਾਂਜੀ, ਰੋ ਨਾ, ਪਰੇਸ਼ਾਨ ਨਾ ਹੋ, ਕਿਉਂ ਰੋ ਰਹੇ ਹੋ, ਕਿਉਂ ਦਿਲ ਕੋ ਛੋਟਾ ਕਰ ਰਹੇ ਹੋ? ਭਾਜੀ, ਇਨਸਾਫ ਦੇਖ ਰਹੇ ਨੇ, ਤੁਹਾਨੂੰ ਕਰਦੇ ਇਨਸਾਫ ਮਿਲੇਗਾ ਇਨਸ਼ਾਅੱਲਾ? ਕੋਈ ਵੀ ਨਹੀਂ ਕਰਦਾ, ਅਸੀਂ ਬੜੇ ਮਜਬੂਰ ਹੋ ਗਏ ਹਾਂ, ਗਰੀਬ ਆਦਮੀ ਹਾਂ, ਉਹ ਤਗੜੇ ਬਦਮਾਸ਼ ਬੰਦੇ ਨੇ। ਅਸੀਂ ਬਸ ਬਦਮਾਸ਼ੀ ਕੀ ਕਰ ਰਹੇ ਨੇ ਉਹ ਜੀ? ਹਰ ਬੰਦੇ ਨੂੰ ਉੱਥੇ ਬਦਮਾਸ਼ੀ ਕਰਕੇ ਮਾਰ ਕੇ ਜਾਂਦੇ ਨੇ, ਅਸੀਂ ਗਰੀਬ ਆਦਮੀ ਹਾਂ, ਸਾਨੂੰ ਵੀ ਮਾਰਦੇ ਨੇ। ਅਸੀਂ ਕੀ ਕਹਿਣਾ ਚਾਹੁੰਦੇ ਹੋ ਆਈ ਜੀ ਸਾਹਿਬ ਨੂੰ, ਵਜ਼ੀਰ ਆਲਾ ਪੰਜਾਬ ਮਰੀਅਮ ਨਵਾਜ਼ ਔਰ ਡੀ ਪੀ ਓ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਜੀ ਉਹਨਾਂ ਕਰਦੇ ਦਰਖਾਸਤ ਇਹ ਕਰਨੇ ਆ ਵੀ ਸਾਡਾ ਫੈਸਲਾ ਕਰਨਾ ਹੋਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ ਉਹ ਇਨਸਾਫ ਜ਼ਮਾਨ ਜਿਹੜੇ ਨੇ ਇਹਨਾਂ ਨੂੰ, ਕੋਈ ਵੀ ਨਹੀਂ ਕਰਦਾ ਸਾਡਾ ਇਨਸਾਫ, ਅਸੀਂ ਬਹੁਤ ਮਜਬੂਰ ਹੋ ਕੇ ਕੰਮ ਕਰਨ ਦੇ ਹਾਂ। ਅੱਲਾ ਬਾਗ ਆਪਕੀ ਆਸਾਨੀਆਂ ਕਰੇ ਮੇਰੇ ਬਈ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੌਣ ਲੋਕ ਹੈ ਭਾਈ, ਇਤਨੇ ਬਾਸਰ ਲੋਕ ਹੈ, ਆਪ ਵੀ ਗਾਓ ਕੇ ਰਹਿਸ਼ੀ? ਜੀ ਬਿਲਕੁਲ, ਗਾਓ ਕੇ ਰਹਿਸ਼ੀ ਹੈ। ਕੌਣ ਲੋਕ ਹੈ ਇਹ? ਸਰ ਆਪਣਾ ਇਧਰ ਗਾਓ ਕੇ ਹੀ ਹੈ, ਤੋ ਇਨਕੇ ਸਾਥ ਨਾ ਬਹੁਤ ਜ਼ੁਲਮ ਕਰ ਰਹੇ ਹੈ ਯੇ ਲੋਕ, ਠੀਕ ਹੈ। ਕਿਆ ਨਾਮ ਹੈ ਇਨਕਾ? ਨਾਮ ਆਪਣਾ ਅਫਜ਼ਾਲ ਹੈ ਮਾਰਾ ਨਾਮ। ਨਹੀਂ ਨਹੀਂ, ਜੋ ਇਹ ਬਾਸਰ ਲੋਕ ਹੈ ਉਨਮੇ ਕੌਣ ਲੋਕ ਜੋ ਬਦਮਾਸ਼ੀ ਕਰ ਰਹੇ ਹੈ? ਜੋ ਇੱਕ ਤਾਂ ਜ਼ੁਲਫਕਾਰ ਹੈ ਜੀ, ਇੱਕ ਮਾਸਟਰ ਹੈ, ਠੀਕ ਹੈ ਜੀ, ਮੁਖਤਾਰ ਹੈ, ਇਹ ਲੋਕ ਨੇ ਜੀ, ਠੀਕ ਹੈ। ਅਭੀ ਵੀ ਹਮਨੇ ਦੇਖਿਆ ਵੋ ਛੱਤੋਂ ਪੇ ਚੜੇ ਹੋਏ ਅਸਲਾ ਲੈ ਕੇ? ਜੀ ਬਿਲਕੁਲ ਐਸੇ ਹੀ ਹੈ ਸਰ। ਜੀ ਸਰ, ਕਿਆ ਕਹਿਣਾ ਚਾਹੇਂਗੇ ਆਪ ਜਿਹੜਾ ਪੰਜਾਬ ਮਰੀਅਮ ਨਵਾਜ਼ ਆਈ ਜੀ ਪੰਜਾਬ ਔਰ ਡੀ ਪੀ ਓ ਸਾਹਿਬ? ਸਰ ਦਰਖਾਸਤ ਹੈ ਕਿ ਇਨਸਾਫ਼ ਮਿਲਣਾ ਚਾਹੀਦਾ, ਇਨਸਾਫ਼ ਮਿਲਣਾ ਚਾਹੀਦਾ। ਗਰੀਬ ਲੋਕ ਹੈ, ਮਿਹਨਤ, ਗਰੀਬ ਲੋਕ ਹੈ, ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ ਹੈ, ਇਨਕੇ ਸਾਥ ਜਾਸਤੀ ਕਰ ਰਹੇ ਹੈ। ਤੋ ਯੇ ਹਾਲਾਤ ਹੈ ਜੀ, ਨਾਜ਼ਰੀਨ ਇਸ ਵਕਤ ਨਾਰੰਗ ਮੰਡੀ ਮੇਂ ਮੌਜੂਦ ਹੈ। ਤੋ ਯੇ ਭਾਈ ਜੋ ਹੈ ਮਿਹਨਤ ਕਸ਼ ਹੈ, ਲੇਕਿਨ ਕਿਸ ਤਰੀਕੇ ਸੇ ਇਸ ਭਾਈ ਕੇ ਉੱਪਰ ਜ਼ੁਲਮ ਔਰ ਬਰਬਰੀਅਤ ਢਾਈ ਗਈ ਹੈ, ਫਾਇਰ ਮਾਰੇ ਗਏ ਹੈਂ ਔਰ ਫਾਇਰ ਲੱਗਣੇ ਕੀ ਵਜ੍ਹਾ ਸੇ ਇਸ ਭਾਈ ਕੀ ਯੇ ਤੀਨ ਉਂਗਲੀਆਂ, ਯੇ ਜੋ ਤੀਨ ਉਂਗਲੀਆਂ ਆਪਕੋ ਨਜ਼ਰ ਆ ਰਹੀ ਹੈ, ਯੇ ਤੀਨੋਂ ਜ਼ਾਇਆ ਹੋ ਚੁੱਕੀ ਹੋਈ ਹੈਂ, ਲੇਕਿਨ ਅਬ ਤੱਕ FIR ਕੱਟ ਜੋ ਹੈ ਯਾਨੀ ਕਿ ਵੋ ਨਹੀਂ ਕੱਟੀ ਜਾ ਸਕੀ। ਲੇਕਿਨ ਆਈ ਜੀ ਪੰਜਾਬ ਸਾਹਿਬ ਆਪਕੇ ਲੀਏ ਵੀ ਇਹ ਸਵਾਲ ਹੈ, ਆਪ ਤੋ ਪੁਲਿਸ ਕੋ ਤਲਕੀਨ ਕਰ ਰਹੇ ਹੋਤੇ ਹੈ, ਵਹਾਂ ਪਰ ਜਨਾਬ ਕਾਨਫਰੰਸ ਹੋ ਰਹੀ ਹੋਤੀ ਹੈ, ਔਰ ਆਪ ਹਰ ਅਫਸਰ ਕੋ ਯੇ ਤਲਕੀਨ ਕਰ ਰਹੇ ਹੋਤੇ ਹੈ ਕਿ ਜਿਸਕੇ ਸਾਥ ਜ਼ਿਆਦਤੀ ਹੋਤੀ ਹੈ ਉਸਕੋ ਇਨਸਾਫ਼ ਫਰਾਹਮ ਕਰਨਾ, ਯਾਨੀ ਕਿ ਫਸਟ ਪ੍ਰਾਇਓਰਟੀ ਜੋ ਹੈ ਆਪਕੀ ਇਨਸਾਫ਼ ਫਰਾਹਮ ਕਰਨਾ ਹੋਤੀ ਹੈ। ਲੇਕਿਨ ਯਹਾਂ ਪਰ ਜੋ ਹੈ ਐਪਲੀਕੇਸ਼ਨ ਕੋ ਟੈਗ ਨਹੀਂ ਲਗਾਇਆ ਜਾ ਰਹਾ, ਐਪਲੀਕੇਸ਼ਨ ਕੋ ਟੈਗ ਨਹੀਂ ਲਗਾਇਆ ਜਾ ਰਿਹਾ, ਬਲਕਿ FIR ਤੋਂ ਦਰਜ ਹੋਣਾ ਬਹੁਤ ਦੂਰ ਕੀ ਬਾਤ ਹੈ, ਜੋ ਐਪਲੀਕੇਸ਼ਨ ਹੈ ਉਸਕੋ ਟੈਗ ਨਹੀਂ ਲਗਾਇਆ ਗਿਆ। ਲੇਕਿਨ ਇਸ ਨੌਜਵਾਨ ਕੀ ਜਾਨ ਕੋ ਵੀ ਖਤਰਾ ਹੈ, ਲੇਕਿਨ ਯੇ ਆਪਕੇ ਬੱਚੋਂ ਕੀ ਤਰ੍ਹਾਂ ਇਸ ਮੁਲਕ ਪਾਕਿਸਤਾਨ ਕਾ ਰਿਹਾਇਸ਼ੀ ਹੈ, ਪਾਕਿਸਤਾਨੀ ਹੈ, ਇਸਕੋ ਇਨਸਾਫ਼ ਮਿਲਣਾ ਚਾਹੀਏ, ਔਰ ਇਸਕੀ ਡੀ ਪੀ ਓ ਸਾਹਿਬ ਸੇ ਯਹੀ ਇਲਤਜਾ ਹੈ ਕਿ ਇਸ ਭਾਈ ਕੋ ਇਨਸਾਫ਼ ਮਿਲਣਾ ਚਾਹੀਏ, ਔਰ ਇਸਕੀ ਜਾਨ ਕੋ ਖਤਰਾ ਹੈ, ਔਰ ਸ਼ਰਮ ਆਨੀ ਚਾਹੀਏ ਥਾਣਾ ਨਾਰੰਗ ਮੰਡੀ ਕੇ SHO ਕੋ, ਜਿਸਨੇ ਯੇ ਸਾਰਾ ਮਾਮਲਾ ਦੇਖਨੇ ਕੇ ਬਾਅਦ, ਵਕੂਏ ਪਰ ਜਾਣੇ ਕੇ ਬਾਅਦ ਅਬ ਤੱਕ ਕੋਈ ਐਕਸ਼ਨ ਨਹੀਂ ਲਿਆ। ਤੋ ਨਾ ਦੀ ਕਮੈਂਟ ਸੈਕਸ਼ਨ ਮੇਂ ਆਪਣੀ ਰਾਏ ਸੇ ਜ਼ਰੂਰ ਅਗਾਹ ਕੀਜੀਏਗਾ ਆਪਣੇ ਮੇਜ਼ਬਾਨ ਨਈਮ ਭੱਟੀ ਕੋ, ਦੀਜੀਏ ਇਜਾਜ਼ਤ, ਔਰ ਦੇਖਤੇ ਰਹੀਏ ਦੇਖੋ TV।